ਦਾ ਚਾਲਦੇ ਗੁਰਪ੍ਰੀਤ ਨੇ ਮੇਰੇ ਸਹਿਯੋਗੀ ਨਾਲ ਗੱਲਬਾਤ ਕੀਤੀ ਗੁਰਪ੍ਰੀਤ ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਵੇਖ ਪਾ ਰਹੇ ਆ ਉਮੀਦਵਾਰਾਂ ਦੇ ਨਾਲ ਤੁਸੀਂ ਵੀ ਮੁੱਖ ਤੌਰ ਤੇ ਗੱਲਬਾਤ ਕਰ ਰਹੇ ਹੋ ਕਿਹੜੇ ਮੁੱਖ ਅਜੰਡੇ ਰੱਖੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਚੱਲ ਰਿਹਾ ਹੈ ਕੋਗਰ ਜੋ ਤਾਂ ਜੇਕਰ ਗੱਲ ਕੀਤੀ ਜਾਏ ਤਾਂ ਸਾਫ ਤੌਰ ਤੇ ਜੋ ਸ਼ਹਿਰੀ ਸਰਕਾਰ ਦੇ ਤਹਿਤ ਲਿਵਿੰਗ ਟੂ ਨਿਊਜ਼ ਪੰਜਾਬ ਗੱਲਬਾਤ ਕਰ ਰਿਹਾ ਲੋਕਾਂ ਦੇ ਨਾਲ ਉਸ ਦੇ ਤਹਿਤ ਗਲੀਆਂ ਨਾਲੀਆਂ ਦੀ ਗਰੰਟਾ ਦੇ ਤਹਿਤ ਜੋ ਜੋ ਵੀ ਆ ਲੋਕਾਂ ਦੀਆਂ ਸਮੱਸਿਆਵਾਂ ਨੇ ਸੀਵਰੇਜ ਦੀ ਖਾਸ ਤੌਰ ਤੇ ਗੱਲਬਾਤ ਕੀਤੀ ਜਾਏ ਜੋ ਸਮੱਸਿਆਵਾਂ ਹਨ ਉਹਨਾਂ ਨੂੰ ਲੈ ਕੇ ਉਸ ਦੇ ਆਧਾਰ ਤੇ ਹੀ ਵੋਟ ਪੋਲ ਹੋਏਗੀ ਇਸ ਵਾਰੀ ਕਿਉਂਕਿ ਆ ਇਸ ਵਾਰੀ ਦੀ ਜੋ ਆ VOTING ਹੈ ਉਹ ਕਾਫੀ ਅਹਿਮ ਹੈ ਕਿਉਂਕਿ ਲੋਕ ਸਮਝਦਾਰ ਨੇ ਜੋ ਪਹਿਲਾਂ ਦੀ ਤਰ੍ਹਾਂ ਦੇਖਿਆ ਜਾਂਦਾ ਸੀ ਕਿ ਇੱਕ ਹੁੰਦਾ ਸੀ ਨਾ ਕਿ ਜੋ ਸਾਡੇ ਘਰਦਿਆਂ ਨੇ ਵੋਟ ਲਗਾਤਾਰ ਇੱਕ ਪਾਰਟੀ ਨੂੰ ਪਾਉਂਦੇ ਆ ਰਹੇ ਸੀ ਉਹ ਚੀਜ਼ ਇਸ ਵਾਰੀ ਨਹੀਂ ਦੇਖਣ ਨੂੰ ਮਿਲ ਯਾਨੀ ਕਿ ਵਿਕਾਸ ਦੇਖਿਆ ਜਾ ਰਿਹਾ ਫਿਰ ਵਿਕਾਸ ਕਿਹੜਾ ਵਿਅਕਤੀ ਕਰੇਗਾ ਉਸ ਨੂੰ ਖਾਸ ਤੌਰ ਤੇ ਅਹਿਮ ਵੋਟ ਦਿੱਤੀ ਜਾਏਗੀ ਪਹਿਲਾਂ ਵਾਲੀ ਗੱਲ ਨਹੀਂ ਰਹੀ ਲੇਕਿਨ ਇੱਕ ਗੱਲ ਜਰੂਰ ਕਹੀ ਜਾ ਰਹੀ ਹੈ ਕਿ ਖਾਸ ਤੌਰ ਤੇ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਤਾਂ ਕਾਂਗਰਸ ਦੇ ਜਿੱਥੇ-ਇੱਥੇ ਵੀ ਨੁਮਾਇੰਦੇ ਨੇ ਦੂਸਰੀਆਂ ਪਾਰਟੀਆਂ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਵਾਰਡਾਂ ਦੇ ਵਿੱਚ ਹੀ ਵਿਕਾਸ ਹੋ ਰਿਹਾ ਜਾਂ ਫਿਰ ਜੋ ਚੱਲ ਰਿਹਾ ਉਹ ਰੁਕ ਗਿਆ ਫਿਲਹਾਲ ਚੋਣ ਜਾਬਤਾ ਲੱਗਿਆ ਜਿਸ ਕਰਕੇ ਲੇਕਿਨ ਦੂਸਰੀਆਂ ਪਾਰਟੀਆਂ ਦੇ ਜੋ-ਜੋ ਵਾਰਡ ਨੇ ਜਾਂ ਭਾਵੇਂ ਸ਼ਰਮਨਿਕ ਕਾਲੀਦਾਲ ਦੀ ਗੱਲਬਾਤ ਕਰ ਲਈ ਜਾਂ ਭਾਵੇਂ ਬੀਜੇਪੀ ਦੀ ਜਾਂ ਕਾਂਗਰਸ ਆਪਣੇ ਵਾਰਡਾਂ ਦੇ ਵਿੱਚ ਹੀ ਵਿਕਾਸ ਕਾਰਜ ਕਰਵਾ ਰਹੀ ਹੈ ਸਾਡੇ ਵਿਕਾਸ ਕਾਰਜ ਨਹੀਂ ਹੋ ਰਹੇ ਲੇਕਿਨ ਖਾਸ ਤੌਰ ਤੇ ਮਾਝਾ ਦੁਆਬੇ ਦੀ ਜਿੱਕਰ ਗੱਲਬਾਤ ਕੀਤੀ ਜਾਏ ਤਾਂ ਲੋਕ ਖਾਸ ਤੌਰ ਤੇ ਉੱਥੇ ਇਹੀ ਗੱਲਬਾਤ ਕਰ ਰਹੇ ਨੇ ਕਿ ਆਮ ਆਦੀ ਪਾਰਟੀ ਨੂੰ ਵੀ ਇਸ ਵਾਰੀ ਮੌਕਾ ਜ਼ਰੂਰ ਦਿੱਤਾ ਜਾਏਗਾ ਕਿਉਂਕਿ ਖਾਸ ਤੌਰ ਤੇ ਦਿੱਲੀ ਦੀ ਤਰਜਮਾਨੀ ਤੇ ਜਿਸ ਹਿਸਾਬ ਦੇ ਨਾਲ ਵਿਕਾਸ ਦੀ ਤਸਵੀਰ ਹੈ ਦਿੱਲੀ ਦੀ ਦਿੱਲੀ ਨੂੰ ਖਾਸ ਤੌਰ ਤੇ ਟਾਰਗੇਟ ਰੱਖਿਆ ਜਾ ਰਿਹਾ ਗੁਰਜੋਤ ਕੀ ਦਿੱਲੀ ਦੇ ਵਿੱਚ ਵਾਦੋ ਵਾਦ ਵਿਕਾਸ ਹੋਇਆ ਇਸ ਗੱਲ ਕਰਕੇ ਆਮ ਆਦੀ ਪਾਰਟੀ ਦਾ ਕਿਤੇ ਨਾ ਕਿਤੇ ਕਹਿ ਸਕਦੇ ਕਿ ਇਸ ਨੂੰ ਰਹਿ ਸਕਦਾ ਹੈ ਕਿ ਕਾਫੀ ਮੀਟ ਬਾਤ ਜਿੱਤ ਸਕਦੇ ਨੇ ਲੇਕਿਨ ਦੂ ਠੀਕ ਹੈ ਤੁਹਾਡੇ ਨਾਲ ਗੱਲਬਾਤ ਕਰਦੇ ਨੇ ਤਾਂ ਕਿਹਾ ਜਾ ਸਕਦਾ ਇੱਕ ਗੱਲ ਤੁਸੀਂ ਬਹੁਤ ਵਾਜਿਬ ਕਹੀ ਹੈ ਕਿ ਜੋ ਪਹਿਲਾਂ ਹੁੰਦਾ ਸੀ ਅਗਰ ਪਿਛਲੇ 5-7 ਸਾਲ ਪਹਿਲੀ ਜਾਂ 10 ਸਾਲ ਪਹਿਲੀ ਗੱਲ ਕਰੀਏ ਜਿੱਥੇ ਪਰਿਵਾਰ ਨੇ ਇੱਕ ਜੁਗਤ ਬਣਾ ਲਈ ਕਿ ਇੱਥੇ ਵੋਟ ਪਾਉਣੀਆਂ ਤਾਂ ਉੱਥੇ ਹੀ ਪੈਂਦੀ ਸੀ ਪਰ ਅੱਜ ਕੱਲ ਵੋਟਰ ਜਾਗਰੂਕ ਹੈ ਸਭ ਤੋਂ ਵੱਡੀ ਗੱਲ ਹੈ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇਸ ਦੇ ਵਿੱਚ ਨਜ਼ਰ ਆਇਆ ਜਿਸ ਪੰਜਾਬ ਨੂੰ ਨਸ਼ੇੜੀ ਕਿਹਾ ਜਾਂਦਾ ਸੀ ਉੱਥੇ ਕਿਵੇਂ ਨੌਜਵਾਨ ਗਏ ਨੇ ਸੋ ਕੁਲ ਮਿਲਾ ਕੇ ਕਹਿ ਸਕਦੇ ਹਾਂ ਗੁਰਪ੍ਰੀਤ ਕਿ ਆਖਿਰਕਾਰ ਨੌਜਵਾਨ ਵੀ ਜਾਗਰੂਕ ਹੋ ਔਰ ਕਿਸਾਨੀ ਮਸਲਾ ਕਿਸਾਨੀ ਮਸਲਾ ਗੁਰਪ੍ਰੀਤ ਕਿੰਨਾ ਕੋ ਭਾਰੂ ਪਏਗਾ ਨਗਰ ਕੌਂਸਲ ਚੁੜਾਤੇ ਹਾਲਾਂਕਿ ਐਡਾ ਕੋ ਤਾਲੁਕ ਨਹੀਂ ਪਰ ਕੁਲ ਮਿਲਾ ਕੇ ਦਿਲ ਚੁਕੀ ਹੈ ਆਵਾਮ ਦੇ ਦੇਖੋ ਜੋ ਲੋਕ ਨੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਵੀ ਆ ਉਹ ਵੀ ਖਾਸ ਤੌਰ ਤੇ ਜੁੜੇ ਹੋਏ ਨੇ ਖਾਸ ਤੌਰ ਤੇ ਇਸ ਗੱਲ ਦਾ ਜਰੂਰ ਇੰਪੈਕਟ ਪਊਗਾ ਜੋ ਕਿਸਾਨੀ ਮਸਲਾ ਚੱਲ ਰਿਹਾ ਹਰੇਕ ਸ਼ਹਿਰ ਦੀ ਸਰਕਾਰ ਦੇ ਤਹਿਤ ਜਿੰਨੇ ਵੀ ਲੋਕਾਂ ਦੇ ਨਾਲ ਜਿੰਨੇ ਵੀ ਉਮੀਦਵਾਰਾਂ ਦੇ ਨਾਲ ਜਿੰਨੇ ਵੀ ਸਥਾਨਕ ਵਸਨੀਕਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਉਹਨਾਂ ਦੁਆਰਾ ਇਹ ਮੁੱਦਾ ਚੁੱਕਿਆ ਜਾਂਦਾ ਕਿਸਾਨਾਂ ਦਾ ਕਿ ਕਿਸਾਨਾਂ ਦੀ ਜੋ ਸਾਰ ਨਹੀਂ ਲਈ ਜਾ ਰਹੀ ਸਿਰਫ ਸਿਰਫ ਸਿਆਸਤ ਕੀਤੀ ਜਾ ਰਹੀ ਹੈ ਕੁਝ ਥਾਵਾਂ ਤੇ ਭਾਵੇਂ ਤੇ ਭਾਜੀਪੀ ਆਗੂਆਂ ਦੁਆਰਾ ਵੀ ਗੱਲਬਾਤ ਨਹੀਂ ਕੀਤੀ ਜਾ ਰਹੀ ਆਖਿਰ ਪੰਜਾਬ ਦੇ ਅੰਦਰ ਭਾਜੀਪੀ ਦਾ ਰਸੂਖ ਇੰਨਾ ਕਿ ਘਟ ਚੁੱਕਿਆ ਕਿ ਭਾਜੀਪੀ ਜਿੱਥੇ ਵੀ ਪਹੁੰਚ ਹੋ ਜਾਂਦਾ ਲੇਕਿਨ ਖਾਸ ਤੌਰ ਤੇ ਜੇਕਰ ਵਿਕਾਸ ਕਾਰਜਾਂ ਦੀ ਗੱਲਬਾਤ ਕੀਤੀ ਜਾਏ ਤਾਂ ਲੋਕਾਂ ਦਾ ਇਹੀ ਕਹਿਣਾ ਹੈ ਕਿ ਜਦੋਂ ਵੀ ਚੋਣਾਂ ਆਉਂਦੀਆਂ ਨੇ ਚੋਣਾਂ ਦੇ ਨੇੜੇ ਜਿਸ ਪਾਰਟੀ ਦੀ ਸਰਕਾਰ ਹੁੰਦੀ ਆ ਉਹ ਪਾਰਟੀ ਆਪਣੀ ਦਬਦਬਾ ਬਣਾਉਣ ਦੇ ਲਈ ਉੱਥੇ ਵਿਕਾਸ ਕਾਰਜ ਸ਼ੁਰੂ ਕਰਦੀ ਹੈ ਲੇਕਿਨ ਜੋ ਪਿਛਲੇ ਸਮੇਂ ਦੌਰਾਨ ਕੋਈ ਵਿਕਾਸ ਕਾਰਜ ਨਹੀਂ ਹੋ ਰਿਹਾ ਖਾਸ ਤੌਰ ਤੇ ਚੋਣਾਂ ਦੇ ਨਜ਼ਦੀਕ ਹੀ ਵਿਕਾਸ ਕਾਰਜ ਦੇ ਕੰਮ ਸ਼ੁਰੂ ਕਰਵਾਏ ਜਾਂਦੇ ਨੇ ਪਹਿਲਾਂ ਕੋਈ ਕਿਸੇ ਦੀ ਸਾਰ ਨਹੀਂ ਲੰਦਾ ਕਾਫੀ ਸਮੱਸਿਆਵਾਂ ਆਉਂਦੀਆਂ ਨੇ ਜਿਸ ਕਾਰਨ ਭਾਵੇਂ ਗਲੀਆਂ ਨਾਲੀਆਂ ਦੀ ਗਰੰਟੀਆਂ ਦੀ ਗੱਲਬਾਤ ਕੀਤੀ ਜਾਏ ਹਾਲਾਂਕਿ ਆਮ ਆਦਮੀ ਪਾਰਟੀ ਵੀ ਇਹ ਗੱਲ ਦਾ ਇਲਜ਼ਾਮ ਦੀ ਗਰੰਟਾ ਤੱਕ ਹੀ ਸੀਮਤ ਹੈ ਸਾਡੀ ਜ਼ਿੰਦਗੀ ਉਹਨਾਂ ਦੀਆਂ ਗਰੰਟਾ ਹੀ ਪੈ ਰਹੀ ਨੇ ਇਸ ਤੋਂ ਉੱਪਰ ਵੀ ਅਸੀਂ ਉੱਠ ਕੇ ਕੋਈ ਗੱਲਬਾਤ ਕਰੀਏ ਗਲੀਆਂ ਹੋ ਗਈਆਂ ਨਾਲੀਆਂ ਹੋ ਗਈਆਂ ਸੀਵਰੇਜ ਸਿਸਟਮ ਇਹ ਸਾਰੀ ਸਮੱਸਿਆਵਾਂ ਤੁਸੀਂ ਵੀ ਪੂਰੇ ਪੰਜਾਬ ਚ ਨਿਕਲੇ ਹੋਏ ਵੱਖ-ਵੱਖ ਥਾਵਾਂ ਤੋਂ ਅਸੀਂ ਵੇਖ ਰਿਹਾ ਉਮੀਦਵਾਰਾਂ ਨਾਲ ਗੱਲ ਕਰ ਰਹੇ ਹਾਂ ਉਹ ਮੁੱਦਿਆਂ ਨੂੰ ਲੈ ਕੇ ਚਰਚਾ ਹੋ ਰਹੀ ਹੈ ਤੇ ਕੀ ਫਿਰ ਜਵਾਬ ਆਉਂਦਾ ਅੱਗੇ ਕੋਟਰਾ ਦਾ ਕਿ ਤੁਸੀਂ ਹੁਣ ਤੱਕ ਕਿੰਨਾ ਕੋ ਵਿਕਾਸ ਕਰ ਦਿੱਤਾ ਅਗਰ ਜੋ ਤੋਂ ਇਹ ਪਹਿਲਾ ਵਾਲੀ ਗੱਲ ਕਿ ਚੋਣਾ ਦੇ ਦਰਮਿਆਨ ਹੀ ਜਦੋਂ ਚੋਣਾ ਨੇੜੇ ਆਉਂਦੀਆਂ ਨੇ ਤਾਂ ਵਿਕਾਸ ਕਾਰਜ ਦੇ ਕੰਮ ਸ਼ੁਰੂ ਹੋ ਜਾਂਦੇ ਨੇ ਖਾਸ ਤੌਰ ਤੇ ਤੁਸੀਂ ਜ਼ਿਕਰ ਕੀਤਾ ਬੀਜੇਪੀ ਦਾ ਬੀਜੇਪੀ ਦੇ ਲਈ ਕਿਸਾਨੀ ਮਸਲਾ ਗਲੇ ਦੀ ਹੱਡੀ ਬਣਿਆ ਹੋਇਆ ਹ ਹਮ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਿਆ ਹੈ ਬੀਜੇਪੀ ਦੇ ਲਈ ਜੋ ਵੀ ਜਦੋਂ ਵੀ ਨੁਮਾਇੰਦੇ ਉਹਨਾਂ ਦੇ ਬਾਹਰ ਨਿਕਲਦੇ ਨੇ ਪ੍ਰਚਾਰ ਦੇ ਲਈ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਵਿਰੋਧ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸ਼ਾਇਦ ਇਸੇ ਕਰਕੇ ਕਈ ਥਾਵਾਂ ਦੇ ਵਿੱਚ ਪੰਜਾਬ ਦੇ ਅੰਦਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਜੋ ਬੀਜੇਪੀ ਦੇ ਆਗੂ ਨੇ ਉਹ ਚੋਣ ਲੜਦੇ ਹੋਏ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਪਹਿਲਾਂ ਆਪਾਂ ਗੱਲ ਕਰ ਰਹੀ ਸੀ ਆਮਾਦੀ ਪਾਰਟੀ ਦੀ ਦਿੱਲੀ ਦੀ ਤਰਜਮਾਣੀ ਜ਼ਰੂਰ ਦਿੱਤੀ ਜਾ ਰਹੀ ਹੈ ਗੁਰਜੋਤ ਆਮਾਦੀ ਪਾਰਟੀ ਦੁਆਰਾ ਲੇਕਿਨ ਦਿੱਲੀ ਤੋਂ ਬਹੁਤ ਵੱਖ ਹੈ ਸੂਬਾ ਪੰਜਾਬ ਕਿਉਂਕਿ ਦਿੱਲੀ ਦੇ ਅੰਦਰ ਕਾਫੀ ਜੋ ਆਧਾਰੇ ਨੇ ਉਹ ਸੈਂਟਰ ਗਵਰ ਬਿਲਕੁਲ ਵਾਪਸ ਆ ਜਾਾਂਗੇ ਗੁਰਪ੍ਰੀਤ ਔੜੇ ਕੋਲ ਆ ਰਹਾ ਚਰਚਾ ਜਿਹੜੀ ਆ ਜ਼ਰੂਰ ਹੈ ਖਾਸ ਤੌਰ ਤੇ ਕੁਨਾਲ ਅਗਰ ਗੱਲ ਕਰੀ ਜਿਵੇਂ ਗੁਰਪ੍ਰੀਤ ਵੀ ਕਹਿ ਰਹੇ ਨੇ ਹਰ ਇੱਕ ਪਾਰਟੀ ਆਪਣੋ ਤੌਰ ਤੇ ਜ਼ੋਰ ਲਗਾ ਰਹੀ ਖਾਸ ਤੌਰ ਤੇ ਕਾਂਗਰਸ ਦੀ ਗੱਲ ਕਰੀਏ ਜੋ 4 ਸਾਲ ਚ ਉਹਨਾਂ ਨੇ ਕੀਤਾ ਕੁਲ ਮਿਲਾ ਕੇ ਹੁਣ ਉਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਔਰ ਕੀ ਕੁਝ ਹੁਣ ਤੱਕ ਵਿਕਾਸ ਕੀਤਾ ਉਸ ਆਧਾਰ ਤੇ ਵੋਟ ਪਏਗੀ ਔਰ ਅਗਰ ਸ਼ੋਮਨੀ ਅਕਾਲੀ ਦਰ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਦੇ ਨਾਲ ਇੱਕ ਵੱਡਾ ਯੋਗਦਾਨ ਦਿੱਤਾ ਕਹਿ ਸਕਦੇ ਆ ਕਿਸਾਨੀ ਸੰਘਰਸ਼ ਦੇ ਵਿੱਚ ਅਸਤੀਫਾ ਦਿੱਤਾ ਗੱੜ ਜੋੜ ਵੀ ਤੋੜ ਦਿੱਤਾ ਗਿਆ ਉਹ ਕਹਿ ਸਕਦੇ ਕਿ ਤਰ੍ਹਾਂ ਕਿਤੇ ਭਾਰੂ ਹੋ ਆਮ ਆਦਮੀ ਪਾਰਟੀ ਆਪਣੇ ਆਧਾਰ ਤੇ ਵੋਟ ਮੰਗ ਰਹੀ ਜਿਵੇਂ ਗੁਰਪ੍ਰੀਤ ਕਹਰੇ ਸੀ ਦਿੱਲੀ ਦੀ ਤਰਸੇ ਵੋਟ ਮੰਗੀ ਜਾ ਰਹੀ ਕਿੰਨਾ ਕ ਲੋਕ ਪਸੰਦ ਕਰਨਗੇ ਔਰ ਭਾਜਪਾ ਦੇ ਵੱਲੋਂ ਹੁਣ ਵਾਕ ਹੋਇਆ ਗਿਆ ਅਕਾਲੀ ਦਲ ਦੇ ਨਾਲੋਂ ਉਥੇ ਕਿੰਨੇ ਕ ਜਾ ਕੇ ਉਹ ਆਪਣਾ ਪ੍ਰਭਾਵ ਪਾਉਂਦੇ ਨੇ ਜਾਂ ਕੀ ਪਸੰਦ ਕਰਦੇ ਨੇ ਲੋਕ ਇਹ ਸਭ ਤੋਂ ਵੱਡੀ ਗੱਲ ਹੈ ਜੀ ਬਿਲਕੁਲ ਗੁਰਜੋਤ ਦੇਖੋ ਆਮ ਆਦਮੀ ਪਾਰਟੀ ਵੱਲੋਂ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਨੂੰ ਕੋਲ ਅਪੀਲ ਵੀ ਕੀਤੀ ਗਈ ਸੀ ਵੀ ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਦਿੱਲੀ ਦੇ ਵਿੱਚ ਉਹ ਵੋਟ ਪਾਉਣ ਦੇ ਕਾਬਿਲ ਹੋਣ ਵੋਟ ਪਾਉਂਦਾ ਉਹਨਾਂ ਨੂੰ ਹਿੱਸਾ ਮਿਲੇ ਉਹ ਵੀ ਹਿੱਸੇਦਾਰੀ ਕਰਨ ਆਪਦੀ ਵੋਟਾਂ ਦੇ ਵਿੱਚ ਸ਼ਾਮਿਲ ਹੋਣ ਉਹ ਕਿਸਾਨ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਬੈਠੇ ਨੇ ਦਿੱਲੀ ਦੇ ਵਿੱਚ ਤੇ ਉਹ ਵੋਟ ਪਾ ਸਕਣ ਇਸ ਤਰ੍ਹਾਂ ਦੀ ਕੋਈ ਸਕੀਮ ਜਾਂ ਪਾਲਿਸੀ ਬਣਾਈ ਜਾਵੇ ਲੇਕਿਨ ਕਿਤਨੇ ਕਿਤੇ ਇਸ ਤੇ ਵੀ ਚਰਚਾ ਹੋ ਰਹੀ ਹੈ ਤੇ ਹੁਣ ਦੂਜੇ ਪਾਸੇ ਜੋ ਸ਼ਬਦਾਬਲੀ ਹਮਲੇ ਉਹ ਲਗਾਤਾਰ ਚੱਲ ਰਹੇ ਨੇ ਲੇਕਿਨ ਜੋ ਉਮੀਦਵਾਰ ਨੇ ਲੋਕਾਂ ਦੇ ਕੋਲੇ ਵੋਟ ਮੰਗਣ ਜਾਂਦੇ ਨੇ ਕਹਿੰਦੇ ਨੇ ਵੀ ਸਾਨੂੰ ਵੋਟ ਦਿਓ ਅਸੀਂ ਗਲੀਆਂ ਬਣਵਾ ਦਾਂਗੇ ਸੜਕਾਂ ਬਣਵਾਵਾਂਗੇ ਪਾਣੀ ਸਾਫ਼ ਆਊਗਾ ਲੇਕਿਨ ਲੋਕ ਕਹਿੰਦੇ ਨੇ ਇੱਕ ਸਭ ਤੋਂ ਜਿਹੜੀ ਕੈਂਡੀਡੇਟ ਨੂੰ ਗੱਲ ਸੁਣਨ ਨੂੰ ਮਿਲਦੀ ਹੈ ਲੋਕਾਂ ਦੀ ਉਹ ਸੁਣਨ ਨੂੰ ਮਿਲਦੀ ਹੈ ਜਦੋਂ ਉਮੀਦਵਾਰ ਜਿੱਤ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਸਾਰ ਨਹੀਂ ਲੈਂਦੇ ਪੁੱਛਗਿੱਛ ਨਹੀਂ ਹੁੰਦੀ ਉਸੇ ਕੰਮ ਜਿਹੜਾ ਵਿਚਾਰੇ ਰਹਿ ਜਾਂਦੇ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨਾਂ ਦੌਰਾਨ ਵੀ ਕਿਸ ਤਰ੍ਹਾਂ ਉਹਨਾਂ ਪੰਜਾਬ ਦੀਆਂ ਸੜਕਾਂ ਬੰਦੀਆਂ ਨੇ ਗਲੀਆਂ ਨਾਲੀਆਂ ਬੰਦੀਆਂ ਨੇ ਲੇਕਿਨ ਜੋ ਤੱਕ ਚੋਣ ਜਾਬਤਾ ਲੱਗਿਆ ਉਸ ਤੋਂ ਬਾਅਦ ਹੋਇਆ ਇਹ ਕੰਮ ਜਦੋਂ ਚੋਣ ਦਾ ਐਲਾਨ ਹੋਇਆ ਵੀ ਫਰਵਰੀ ਦੀ ਚੋਣ ਹੋਣਗੀ ਉਸ ਤੋਂ ਬਾਅਦ ਉਮੀਦਵਾਰਾਂ ਨੇ ਕੰਮ ਕਰਾਣੇ ਜਿਹੜੇ ਸ਼ੁਰੂ ਕੀਤੇ ਇਸ ਤੋਂ ਬਾਅਦ ਪਹਿਲਾਂ ਜਿਹੜੇ 4 ਸਾਲ ਸੀਗੇ ਉਹਨਾਂ ਨੇ ਕੁਝ ਨਹੀਂ ਕੀਤਾ ਟੁੱਟੀਆਂ ਗਲੀਆਂ ਸਾਫ ਪਾਣੀ ਨਹੀਂ ਪੀਣ ਨੂੰ ਪਾਣੀ ਨਹੀਂ ਆ ਤੇ ਨਾਲੀਆਂ ਪੂਰੀ ਤਰ੍ਹਾਂ ਗੰਦੀਆਂ ਤੇ ਇਸ ਤਰ੍ਹਾਂ ਪੂਰੇ ਪੰਜਾਬ ਦੀਆਂ ਤਸਵੀਰਾਂ ਦੇਖਣ ਨੂੰ ਆਈਆਂ ਕਿਤੇ ਨਾ ਕਿਤੇ ਹੁਣ 2022 ਨੂੰ ਚੋਣਾਂ ਨੂੰ ਲੈ ਕੇ ਜਿਹੜਾ ਸਾਰੇ ਪਾਰਟੀਆਂ ਸਰਗਰਮ ਹੋਈ ਪਈਆਂ ਤੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਜ਼ਿਲ੍ਹੇ ਦੇ ਵਿੱਚ ਜਾ ਰਹੀਆਂ ਨੇ ਬਿਲਕੁਲ ਜਿੱਥੇ ਪ੍ਰਚਾਰ ਦੀ ਗੱਲ ਆ ਰਹੀ ਹੈ ਤਾਂ ਗੁਰਪ੍ਰੀਤ ਅਗਰ ਗੱਲ ਕਰੀਏ ਤਾਂ ਜੇਕਰ ਡੰਡੇ ਦੇ ਜ਼ੋਰ ਤੇ ਇਸ ਤਰ੍ਹਾਂ ਦੇ ਨਾਚੋਣਾ ਹੋਣ ਲੱਗਣ ਗਿਆ ਤਾਂ ਥੋੜੇ ਸਮੇਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਤੇ ਨਗਰ ਕੌਂਸਲ ਚੋਣਾਂ 'ਚ ਇਹੋ ਹਾਲ ਦੋ ਕਾਲੀ ਵਰਕਰਾਂ ਦੀ ਮੌਤ ਤੱਕ ਹੋ ਜਾਂਦੀ ਹੈ ਆ ਬਿਲਕੁਲ ਗੁਰਜੋਤ ਕਹਿ ਸਕਦੇ ਆ ਕਿ ਜਿਸ ਹਿਸਾਬ ਦੇ ਨਾਲ ਹੁਣ ਇਹ ਵੋਟਾਂ ਹੋ ਰਹੀਆਂ ਨੇ ਜਾਂ ਸ਼ਹਿਰ ਦੀ ਸਰਕਾਰ ਦੇ ਤਹਿਤ ਜੋ ਨਗਰ ਨਗਿੰਦੀਆਂ ਚੋਣਾ ਨੇ ਉਹ ਐਲੀਵਿਗੈਂਟ ਨਿਊਜ਼ ਪੰਜਾਬ ਰਿਐਲਿਟੀ ਦਿਖਾ ਰਿਹਾ ਹੈ ਪਲ-ਪਲ ਦੀ ਜੋ ਹੈ ਉਹ ਅਪਡੇਟ ਵੀ ਦਿੱਤੀ ਜਾ ਰਹੀ ਹੈ ਲੋਕਾਂ ਦੀ ਕੀ ਰਾਇ ਲੋਕਾਂ ਦੇ ਕੀ ਸਵਾਲ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਉਹ ਵੀ ਦਿਖਾਏ ਜਾ ਰਹੇ ਨੇ ਇਸ ਦੇ ਤਹਿਤ ਹੀ ਸ਼ਰਮਣੀ ਅਕਾਲੀ ਦਲ ਦੁਆਰਾ ਜੇਕਰ ਗੱਲਬਾਤ ਕੀਤੀ ਜਾਏ ਤਾਂ ਇਹ ਗੱਲ ਸਾਫ ਹੈ ਗੁਰਜੋਤ ਜੋ ਮੌਜੂਦਾ ਸਰਕਾਰ ਹੁੰਦੀ ਹੈ ਕਿਤਨੇ-ਕਿਤੇ ਉਹਦਾ ਦਬਦਬਾ ਜ਼ਰੂਰ ਹੁੰਦਾ ਹੈ ਯਾਨੀ ਕਿ ਕਹਿ ਸਕਦੇ ਕਿ ਵਕਤਕ ਵਕਤ ਦੂਸਰੀਆਂ ਪਾਰਟੀਆਂ ਦੇ ਜੋ ਨੁਮਾਇੰਦੇ ਨੇ ਜਾਂ ਆਗੂ ਨੇ ਉਹ ਇੱਕ ਗੱਲ ਦੇ ਇਲਜ਼ਾਮ ਲਗਾ ਰਹੇ ਨੇ ਕਿ ਕਾਂਗਰਸ ਦੇ ਦਬਦਬੇ ਹੋਣ ਦੇ ਕਾਰਨ ਉਹਨਾਂ ਨੂੰ ਕਈ ਦਿੱਕ ਸਪੈਸ਼ਲੀ ਟਾਰਗੇਟ ਕੀਤਾ ਜਾ ਰਿਹਾ ਬਿਲਕੁਲ ਸੋ ਗੱਲ ਕਰੀਏ ਤਾਂ ਸਵਾਲ ਵੱਡੇ ਨੇ ਔਰ ਵਾਪਿਸ ਆ ਜਾਣੇ ਗੁਰਪ੍ਰੀਤ ਤੁਹਾਡੇ ਕੋਲ ਕੁਨਾਲ ਦਬਦਬੇ ਦੀ ਗੱਲ ਕੀਤੀ ਹੈ ਗੁਰਪ੍ਰੀਤ ਨੇ ਪਰ ਕਾਨੂੰਨ ਵਿਵਸਥਾ ਨੂੰ ਲੈ ਕੇ ਫਿਰ ਕਿਉਂ ਸਵਾਲ ਖੜੇ ਹੋ ਰਹੇ ਨੇ ਖਾਸ ਤੌਰ ਤੇ ਅਗਰ ਗੱਲ ਕੀਤੀ ਜਾਵੇ ਜਦੋਂ ਕਾਂਗਰਸ ਕਹਿੰਦੀ ਹੈ ਕਿ ਅਸੀਂ ਖੁਦ ਚਾਉਨੇ ਆ ਸਰਕਾਰ ਹੁੰਦੇ ਨਾਤੇ ਕਿ ਇਹ ਬਿਲਕੁਲ ਸਾਫ ਪਾਕ ਚੋਣਾ ਹੋਣ ਕਿਉਂਕਿ ਅਸੀਂ ਵੀ ਜਵਾਬ ਦੇ ਆ ਫਿਰ ਜਨਤਾ ਨੂੰ ਅੱਗੇ ਜਾ ਕੇ ਗੁਨਾਹਾਂ ਲਵਾਜ਼ਾ ਪਾਰੀ ਤੁਹਾਡੀ ਬਿਲਕੁਲ ਇਸ ਤਰ੍ਹਾਂ ਦੀਆਂ ਤਸਵੀਰਾਂ ਜੋ ਅੱਜ ਮੋਗਾ ਦੇ ਵਿੱਚ ਹੋਇਆ ਗੁਰੂ ਸਾਹਿਬ ਦੇ ਵਿੱਚ ਜਲਾਲਾਬਾਦ ਜੀ ਬਿਲਕੁਲ ਨਗਰ ਨਿਗਮ ਚੋਣਾ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਪੂਰੇ ਪੰਜਾਬ 'ਚ ਕਈ ਜ਼ਿਲ੍ਹਿਆਂ 'ਚ ਦੇਖਣ ਨੂੰ ਮਿਲਿਆ ਮੋਗੇ ਦੀ ਗੱਲ ਹੋ ਗਈ ਗੁਰੂ ਸਾਹਿਬ ਦੀ ਗੱਲ ਹੋ ਗਈ ਜਲਾਲਾਬਾਦ ਦੀ ਗੱਲ ਹੋ ਗਈ ਸੁਖਬੀਰ ਬਾਦਲ ਜਿੱਥੇ ਪਹੁੰਚੇ ਸੀ ਚੋਣ ਪ੍ਰਚਾਰ ਦੇ ਲਈ ਉੱਥੇ ਜਦੋਂ ਨਾਮਜਦਗੀਆਂ ਹੋਣੀ ਸੀ ਉਸੇ ਤਰ੍ਹਾਂ ਦੇ ਇਸ ਤਰ੍ਹਾਂ ਦੇ ਹਮਲਾ ਹੁੰਦਾ ਹੈ ਤੇ ਕਈ ਤਸਵੀਰਾਂ ਜੋ ਇਸ ਤਰ੍ਹਾਂ ਜੇ ਸਾਹਮਣੇ ਆ ਰਹੀਆਂ ਨੇ ਕਾਫੀ ਖਤਰਨਾਕ ਸਾਬਿਤ ਹੋ ਰਹੀਆਂ ਨੇ ਹਾਲਾਂਕਿ ਲੋਕ ਕਹਿ ਰਹੇ ਨੇ ਸਿਆਸਤਕਾਰ ਇਹ ਨੇ ਲੀਡਰ ਇੱਕ ਦੂਜੇ ਤੇ ਹਮਲੇ ਕਰਾ ਰਹੇ ਨੇ ਸਭ ਕੁਝ ਲੋਕ ਇਸੇ ਤਰ੍ਹਾਂ ਦੇਖ ਰਹੇ ਨੇ ਇਸ ਤਰ੍ਹਾਂ ਦੀਆਂ ਜਿਹੜੇ ਗੱਲਾਂ ਸਾਹਮਣੇ ਕਿ ਤਰ੍ਹਾਂ ਕੀਤੇ ਵੱਡੇ ਨੇ ਸੋਦਰ ਗੱਲ ਕਰੀਏ ਤਾਂ ਲਗਾਤਾਰ ਗੁਰਪ੍ਰੀਤ ਵੀ ਸਾਡੇ ਨਾਲ ਬਣੇ ਨੇ ਤੋ ਕਨਾਲ ਵੀ ਔਰ 12 ਤਰੀਕ ਨੂੰ ਦੱਸਿਆ ਕਿ ਇਹ ਚੋਣ ਪ੍ਰਚਾਰ ਥੰਮ ਜਾਏਗਾ ਪਰ ਫਿਲਹਾਲ ਚੋਣ ਪ੍ਰਚਾਰ ਸਖਰਾ ਤੇ ਹੈ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪ੍ਰਚਾਰ ਤੇਜ਼ ਹੋ ਰਿਹਾ ਹੈ ਸੂਬੇ ਦੇ ਵਿੱਚ ਭਾਜਪਾ ਦਾ ਵਿਰੋਧ ਜਾਰੀ ਹੈ ਲਗਾਤਾਰ ਪ੍ਰਜ਼ੋਰ ਵਿਰੋਧ ਹੈ ਪ੍ਰਜ਼ੋਰ ਵਿਰੋਧ ਹੈ ਭਾਜਪਾ ਆਗੂਆਂ ਤੇ ਲਗਾਤਾਰ ਹਮਲੇ ਹੋ ਰਹੇ ਨੇ ਹਮਲੇ ਹੋ ਰਹੇ ਨੇ ਔਰ ਅਜੇੇ ਹਮਲੇ ਕਿਸ ਨੂੰ ਲੈ ਕੇ ਸਵਾ ਚੁਕੇ ਜਾ ਰਹੇ ਨੇ ਬੀਜੇਪੀ ਦੇ ਵੱਲੋਂ ਗੁੰਡਾਗਰਦੀ ਦਾ ਰਾਜ ਕਿਹਾ ਜਾ ਰਿਹਾ ਹੈ ਬੀਜੇਪੀ ਦਾ ਕਹਿਣਾ ਹੈ ਪਰ ਉੱਥੇ ਹੀ ਲਗਾਤਾਰ ਫਿਰੋਜ਼ਪੁਰ ਚ ਜੋ ਪੰਜਾਬ ਭਾਜਪਾ ਪਰਦਾ ਤੇ ਹਮਲਾ ਹੋਇਆ ਤਿੰਨ ਤਸਵੀਰਾਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਦਾ ਇਹ ਹਮਲਾ ਹੋਇਆ ਨਾਰੇਬਾਜ਼ੀ ਤੱਕ ਕਮ ਕੀ ਬੈਰੀਕੇ ਤਿੰਨੋਂ ਤਸਵੀਰਾਂ ਸੋ ਭਾਜਪਾ ਨੂੰ ਲੈ ਕੇ ਭਾਜਪਾ ਜਿਹੜੇ ਹੈ ਉਹਨਾਂ ਦੇ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਗੁਰਪ੍ਰੀਤ ਅਗਰ ਗੱਲ ਕਰੀਏ ਤਾਂ ਅਸ਼wini ਸ਼ਰਮਾ ਜੋ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਜਿੱਥੇ ਵੀ ਉਹ ਗਏ ਉੱਥੇ ਉਹਨਾਂ ਦਾ ਪਲਜ਼ੋਰ ਵਿਰੋਧ ਹੋਇਆ ਉਹ ਸਵਾਲ ਚੁੱਕ ਰਹੇ ਨੇ ਕਿ ਆੜ ਦਾ ਪਤਾ ਹੁੰਦਾ ਸਾਰੇ ਪ੍ਰੋਗਰਾਮ ਦਾ ਪਤਾ ਕਿ ਅਗਰ ਇੱਕ ਕੈਂਡੀਡੇਟ ਦੀ ਅਗਰ ਇੱਕ ਭਾਜਪਾ ਦੇ ਪ੍ਰਧਾਨ ਦੀ ਸੁਰੱਖਿਆ ਨਹੀਂ ਕਰ ਸਕਦੀ ਸਰਕਾਰ ਕਾਨੂੰਨ ਵਿਵਸਥਾ ਨਹੀਂ ਬਣਾ ਸਕਦੀ ਚੋਣਾਂ ਦਾ ਮਾਹੌਲ ਹੈ ਫਿਰ ਤੁਸੀਂ ਜਵਾਬ ਦਿਓ ਫਿਰ ਸਰਕਾਰ ਜਵਾਬ ਦੇਆ ਕਿ ਆਖਿਰਕਾਰ ਇੰਨਾ ਜ਼ਿਆਦਾ ਇਥੇ ਫਰੰਟ ਜਿਹੜਾ ਫੇਲਿਅਰ ਕਿਉਂ ਸਾਬਿਤ ਹੋ ਰਿਹਾ ਹੈ ਅਕਰਜਤ ਜੇਕਰ ਗੱਲ ਕੀਤੀ ਜਾਏ ਤਾਂ ਸਾਫ਼ ਤੌਰ ਤੇ ਜੋ ਭਾਜਪਾ ਦਾ ਵਿਰੋਧ ਹੋ ਰਿਹਾ ਹੈ ਸ਼ਾਇਦ ਸਥਾਨਕ ਲੋਕ ਵੀ ਇਹ ਗੱਲ ਕਹਿ ਰਹੇ ਨੇ ਕਿ ਜੇਕਰ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਠੀਕ ਹੈ ਦੂਸਰੇ ਪਾਰਟੀਆਂ ਨੇ ਜੋ ਇਹ ਵੀ ਇਲਜ਼ਾਮ ਲਗਾ ਰਹੀ ਨੇ ਕਿ ਆ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਲੇਕਿਨ ਦੂਸਰੇ ਪਾਸੇ ਸਥਾਨਕ ਵਸਨੀਕਾਂ ਦੁਆਰਾ ਇਹ ਵੀ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ ਕਿ ਜੋ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਕਿਸਾਨ ਉਹਨਾਂ ਦੀ ਸੁਰੱਖਿਆ ਕੌਣ ਕਰੇਗਾ ਕਿਉਂਕਿ ਉਹ ਕਾਫੀ ਲੰਮੇ ਅਰਸੇ ਤੋਂ ਉੱਥੇ ਬੈਠੇ ਨੇ ਉਹਨਾਂ ਦੀ ਵੀ ਸੁਰੱਖਿਆ ਕਰਨੀ ਬੇहद ਲਾਜ਼ਮੀ ਹੈ ਤਾਂ ਉਸ ਦੇ ਤਹਿਤ ਹੀ ਜੇਕਰ ਭਾਜਪਾ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਲਿਵਿੰਗ ਇੰਡੀਆ ਨਿਊਜ਼ ਪੰਜਾਬ ਹਰਦਮ ਇੱਕ ਇੱਕ ਤਸਵੀਰ ਵਖਾ ਰਿਆ ਹੈ ਕਿਸਾਨਾਂ ਦੀ ਪਰ ਕੁਲ ਮਿਲਾ ਕੇ ਜਦੋਂ ਵੋਟਾਂ ਦੀ ਗੱਲ ਆਉਂਦੀ ਹੈ ਜਦੋਂ ਲੋਕਤੰਤਰ ਤਰੀਕੇ ਦੇ ਨਾਲ ਇਲੈਕਸ਼ਨ ਦੀ ਗੱਲ ਆਉਂਦੀ ਹੈ ਤਾਂ ਇੱਕ ਸੂਬੇ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਔਰ ਇਸ ਸਵਾਲ ਕੱਲਾ ਭਾਜਪਾ ਦੇ ਚੱਕਰੀ ਗੁਰਪ੍ਰੀਤ ਅਕਾਲੀ ਦਲ ਨੇ ਵੀ ਚੁੱਕਿਆ ਬਕਾਇਦਾ ਜੋ ਹਮਲੇ ਹੋ ਰਹੇ ਨੇ ਸੁਖਬੀਰ ਬਾਦਲ ਔਰ ਤੇਜਲਾਲਾਬਾਦ ਚ ਜੋ ਹੋਇਆ ਔਰ ਜਿਸ ਤਰ੍ਹਾਂ ਦੀ ਤਸਵੀਰ ਰਾਤ ਨਜ਼ਰ ਆਈ ਹੈ ਮੋਗਾ ਚ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਚੁੱਕ ਰਹੀ ਹੈ ਕਿ ਸਾਡੀਆਂ ਨਾਮਜ਼ਦਗੀਆਂ ਤੱਕ ਕੈਨਸਲ ਕਰਵਾ ਦਿੱਤੀਆਂ ਗਈਆਂ ਕੌਣ ਇਸ ਲਈ ਜ਼ਿੰਮੇਵਾਰ ਹੈ ਉਹ ਕਾਨੂੰਨ ਵਸਤਾਂ ਨੂੰ ਕਿਉਂ ਇੰਨਾ ਜ਼ਿਆਦਾ ਇੱਥੇ ਚਿੱਕੇ ਤੇ ਟੰਗਿਆ ਜਾ ਰਿਹਾ ਹੈ ਦੇਖੋ ਗੁਰਜੋਤ ਜੇਕਰ ਤੁਸੀਂ ਜਿਵੇਂ ਜਲਾਲਾਬਾਦ ਦਾ ਜ਼ਿਕਰ ਕੀਤਾ ਜਲਾਲਾਬਾਦ ਤੇ ਜਿਸ ਦਿਨ ਸੁਖੀਰ ਸਿੰਘ ਬਾਦਲ ਦੀ ਗੱਡੀ ਦੇ ਉੱਪਰ ਹਮਲਾ ਹੋਇਆ ਉਸ ਦਿਨ ਹੀ ਆਲ ਪਾਰਟੀ ਮੀਟਿੰਗ ਜਿੱਦੋਂ ਚੰਡੀਗੜ੍ਹ ਦੇ ਅੰਦਰ ਚੱਲ ਰਹੀ ਸੀ ਤਾਂ ਉਸ ਦੇ ਵਿੱਚ ਇਹ ਮੁੱਦਾ ਚੁੱਕਿਆ ਗਿਆ ਸੀ ਕਿ ਹਾਂ ਹਮਲਾ ਹੋਇਆ ਉਸ ਦਿਨ ਮੌਕੇ ਤੇ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਿੰਦਰ ਸਿੰਘ ਨੇ ਸਖਤ ਨਿਰਦੇਸ਼ ਦਿੱਤੇ ਸੀਗੇ ਕਿ ਜੋ ਵੀ ਇਸ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਉਸ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਕਿਤਨਾ ਕਿਤੇ ਮੁੱਖ ਮੰਤਰੀ ਪੰਜਾਬ ਦੀ ਵੀ ਇੱਕ ਵੱਡੀ ਜ਼ਿੰਮੇਵਾਰੀ ਹੈ ਚੋਣਾਂ ਤੇ ਮਤੇ ਨਜ਼ਰ ਕਿਉਂਕਿ ਆਖਿਰ ਇਹ ਕਹਿ ਸਕਦੇ ਕਿ ਵਿਧਾਨ ਸਭਾ ਆਦਿ ਚੋਣਾਂ ਤੋਂ ਪਹਿਲਾਂ ਜੋ ਦੇ ਤਹਿਤ ਜੋ ਨਗਰਿਕਾਂ ਵਿੱਚ ਚੋਣਾਂ ਦੇ ਹੋ ਰਹੀਆਂ ਨੇ ਉਸ ਦੇ ਵਿੱਚ ਇਹੋ ਜਿਹੇ ਜੋ ਆਪਣਾ ਵੱਡੀਆਂ ਵੱਡੀਆਂ ਜੋ ਘਟਨਾਵਾਂ ਨੇ ਜਾਂ ਫਿਰ ਜੋ ਚੜ੍ਹਾਪਾ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਵੱਡੀਆਂ ਚੋਣਾਂ ਦੇ ਵਿੱਚ ਕੀ ਹਾਲ ਹੋਏਗਾ ਇੱਕ ਵੱਡੀ ਜ਼ਰੂਰ ਕਾਨੂੰਨੀ ਵਸਤੇ ਦੇ ਉੱਪਰ ਸਵਾਲ ਖੜਾ ਹੋ ਰਿਹਾ ਹੈ ਲੇਕਿਨ ਕਿਤਨੇ ਕਿਤੇ ਸੂਬਾ ਸਰਕਾਰ ਵੀ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਾਤ ਹੈ ਕਿਉਂਕਿ ਵਕ ਵਕ ਥਾਵਾਂ ਤੇ ਜਿਸ ਹਿਸਾਬ ਦੇ ਨਾਲ ਭਾਜਪਾ ਦਾ ਵਿਰੋਧ ਹੋ ਰਿਹਾ ਤਾਂ ਪੰਜਾਬ ਪੁਲਿਸ ਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਜਿਸ ਹਿਸਾਬ ਦੇ ਨਾਲ ਸ਼ਰਮਣੀ ਅਕਾਲੀ ਦਲ ਦੀ ਪਰਚੇ ਰੱਦ ਕੀਤੇ ਗਏ ਨੇ ਕਈ ਥਾਵਾਂ ਤੇ ਉਹਨਾਂ ਨੂੰ ਖੜਾ ਨਹੀਂ ਦਿੱ ਪੁਰ ਮਿਲਾ ਚਰਮਨੀ ਕਾਲੀ ਦਲ ਦਾ ਤਾਂ ਕਈ ਤਰ੍ਹਾਂ ਦੇ ਸਵਾਲ ਜੋ ਆ ਸੂਬਾ ਸਰਕਾਰ ਦੇ ਉੱਪਰ ਉਹ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਅਸੀਂ ਵੀ ਕਾਫੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜੋ ਸੂਬੇ ਦੀ ਸਰਕਾਰ ਆ ਉਹ ਤੱਕਾ ਕਰ ਰਹੀ ਆ ਕਈ ਥਾਵਾਂ ਤੇ ਸਾਡੇ ਕੈਂਡੀਡੇਟਾਂ ਨੂੰ ਨਹੀਂ ਖੜਾਇਆ ਜਾ ਰਿਹਾ ਜਾਂ ਫਿਰ ਉਹਨਾਂ ਦੇ ਪਰਚੇ ਰੱਦ ਕੀਤੇ ਜਾ ਰਹੇ ਨੇ ਯਾਨੀ ਕਿ ਲੋਕਤੰਤਰ ਦਾ ਘਾਣ ਕਰਨ ਦੀ ਗੱਲ ਸਾਫ਼ ਤੌਰ ਤੇ ਸੂਬਾ ਸਰਕਾਰ ਦੇ ਉੱਪਰ ਮੜੀ ਜਾ ਰਹੀ ਹੈ ਕਿ ਸੂਬਾ ਸਰਕਾਰ ਦੀ ਕਾਨੂੰਨੀ ਵਿਵਸਥਾ ਸਹੀ ਨਹੀਂ ਹੈ ਜਿਸ ਕਾਰਨ ਅਜਿਹੇ ਆ ਜੋ ਵਾਰਡਵੰਦੀ ਨੂੰ ਲੈ ਕੇ ਭਾਵੇਂ ਆਪਾਂ ਗੱਲਬਾਤ ਕਰ ਲਈਏ ਜਾਂ ਫਿਰ ਜੋ ਪਰਚ ਉਹ ਰੱਦ ਕਰਨ ਦੀ ਗੱਲਬਾਤ ਕਰ ਲਈਏ ਜਾਂ ਫਿਰ ਇੱਕ ਵੋਟਰ ਹੈ ਜਿਸ ਦੀਆਂ ਵੋਟਾਂ ਕਿਸੇ ਹੋਰ ਵਾਰਡ ਦੇ ਵਿੱਚ ਜਾ ਕੇ ਸ਼ੋ ਹੋਉਂਦੀਆਂ ਨੇ ਖਾਸ ਤੌਰ ਤੇ ਅਜਿਹੇ ਜੋ ਧਾਂਦ ਲੀਆਂ ਨੇ ਉਹ ਕਿਤਨਾ ਕਿਤੇ ਉਹ ਧਾਂਦ ਲਿਆਂ ਨੂੰ ਲੈ ਕੇ ਸੁਪਾ ਸਰਕਾਰ ਕਿਤਨਾ ਕਿਤੇ ਨਿਸ਼ਾਨਾ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਹੈ ਕਿਉਂਕਿ ਇੱਕ ਨਿਰਪੱਖ ਚੋਣਾ ਹੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੀ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਿਹਾ ਰਾਜਪਾਲ ਨੂੰ ਵੀ ਮਿਲਿਆ ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਲੇਕਿਨ ਜੇਕਰ ਵੋਟਾਂ ਦੇ ਦੌਰਾਨ ਲੋਕਤੰਤਰ ਦੇ ਦੌਰਾਨ ਇਸ ਜੀ ਗੱਲ ਹਰੇਕ ਵਿਅਕਤੀ ਨੂੰ ਆਪਣਾ ਜੋ ਹੈ ਗੱਲ ਰੱਖਣ ਦੀ ਜੋ ਅਧਿਕਾਰ ਹੈ ਜੇਕਰ ਗੱਲ ਨਹੀਂ ਰੱਖੀ ਜਾਏਗੀ ਤਾਂ ਕਿਤ قانونی وستاں نو لے کے ਵੀ ਆਪਾਂ دیکھ رہے ہیں کہ ਆ ਪੰਜਾਬ ਤੋਂ ਰਜانہ دے وقت وقت تھاما ਤੋਂ ਅਜਹੀਆਂ ਜੋ ਘਟਨਾਵਾਂ ਨੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਤਹਿਤ ਝੜਪਾਂ ਹੁੰਦੀਆਂ ਨੇ ਜਾਂ ਕਿ ਖਾਸ ਤੌਰ ਤੇ ਗੱਲਬਾਤ ਕਰ ਲਈਏ ਇਹ ਬਹੁਤ ਅਹਿਮ ਚੋਣਾਂ ਨੇ ਗੁਰਜੋਤ ਕਿਉਂਕਿ لوکل ਪੱਧਰ ਤੇ ਹਰੇਕ ਵਿਅਕਤੀ ਆਪਣੇ ਕਾਉਂਸਲਰ ਨੂੰ ਜੁਟਾਉਣ ਦੇ ਲਈ ਅਹਿਮ ਭੂਮਿਕਾ ਨਿਭਾਉਂਦਾ ਕਿਉਂਕਿ ਆ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਕਾਉਂਸਲਰ ਦੇ ਨਾਲ ਮੁਲਾਕਾਤ ਹੁੰਦੀ ਹੈ ਹਾਲਾਂਕਿ ਵਿਧਾਇਕ ਇੱਕ ਲਗ ਮਸਲਾ ਹੈ ਵਿਧਾਇਕ ਦੇ ਨਾਲ ਰੋਜ਼ ਰਜਾਨਾ ਮੁਲਾਕਾਤ ਨਹੀਂ ਹੁੰਦੀ ਇੱਕ لوکل ਵਸਨੀਕ ਦੀ ਪਰ ਕਾਉਂਸਲਰ ਦੇ ਨਾਲ ਜ਼ਰੂਰ ਹੁੰਦੀ ਹੈ ਇਸੇ ਕਰਕੇ ਇਹ ਬ ਕੋਕ ਸاسي ਪਾਰਟੀਆਂ ਦੇ ਆਗੂ ਆਪਣੀ ਆਪਣੀ ਪਾਰਟੀ ਦਾ ਡੰਕਾ ਮਚਾਉਂਦੀ ਹੋਈ ਨਜ਼ਰ ਆ ਰਹੀਆਂ ਲੇਕਿਨ ਆ 14 ਫਰਵਰੀ ਨੂੰ ਲੋਕਾਂ ਨੇ ਫਤਵਾ ਸੁਣਾ ਦਿੰਨਾ ਹੈ ਕਿ ਕਿਸ ਨੂੰ ਵੋਟਾਂ ਪਾਉਣ ਕੇ ਆਪਣੇ ਆਪਣੇ ਮੇਅਰ ਜਾਂ ਫਿਰ ਕਾਉਂਸਲਰ ਚੁਣਨਗੇ ਗੁਰਜੋਤ ਬਿਲਕੁਲ ਸਵਾਲ ਉਹ ਵੀ ਹੈ ਨਾ ਗੁਰਪ੍ਰੀਤ ਖਾਸ ਤੌਰ ਤੇ ਕੀ ਹੁਣ ਕਾਨੂੰਨ ਵਿਵਸਥਾ ਨੂੰ ਕਿਵੇਂ ਜਿਹੜਾ ਉਹ ਦੇਖਿਆ ਜਾਂਦਾ ਕਿਉਂਕਿ ਲਗਾਤਾਰ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਪੈਰਾ ਮਿਲਟਰੀ ਫੋਰਸਿਸ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਪੁਲਿਸ ਨੂੰ ਲੱਗਦਾ ਕਿ ਨਹੀਂ ਹੈਂਡਲ ਕਰ ਪਾ ਰਹੀ ਖੈਰ ਬਹੁਤ ਬਹੁਤ ਧੰਨਵਾਦ ਹੈ ਔਰ ਜੁੜਾਂਗੇ ਤੁਹਾਡੇ ਨਾਲ ਅਪ